ਉੜੀਸਾ ਵਿੱਚ ਗੁਰਦੁਆਰਾ ਮੰਗੂ ਮੱਠ ਢਾਏ ਜਾਣ ਦੇ ਸਬੰਧ ਵਿੱਚ ਲੋਕ ਇਨਸਾਫ ਪਾਰਟੀ ਵੱਲੋਂ ਰੋਸ ਮਾਰਚ ਕੱਢਿਆ ਗਿਆ ਸੀ ਤੇ ਸਰਕਾਰ ਅੱਗੇ ਕੁਝ ਮੰਗਾਂ ਵੀ ਰੱਖੀਆਂ ਗਈਆਂ ਸੀ ਤੇ ਹੁਣ ਇਹ ਮੰਗਾਂ ਨੂੰ ਉੜੀਸਾ ਸਰਕਾਰ ਵੱਲੋਂ ਮੰਨ ਲਿਆ ਗਿਆ। ਦੱਸ ਦਈਏ ਕਿ ਉੜੀਸਾ ਸਰਕਾਰ ਨੇ ਗੁਰਦੁਆਰਾ ਮੰਗੂ ਮੱਠ ਨੂੰ ਮੁੜ ਤੋਂ ਉਸੇ ਸਥਾਨ ਤੇ ਬਣਾਉਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਦੀ ਪੁਸ਼ਟੀ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਕੀਤੀ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਵੀ ਇਹ ਵੀਡੀਓ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਭੁਵਨੇਸ਼ਵਰ ਦੇ ਏਅਰਪੋਰਟ ਦੇ ਉੱਤੇ ਵਾਪਸ ਦਿੱਲੀ ਵਾਸਤੇ ਚੱਲੇ ਹਾਂ, ਜਿਹੜੇ ਮਕਸਦ ਲਈ ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਹੁਕਮ ਅਸੀਂ ਪੁਰੀ ਗਏ ਸੀ, ਮੰਗੂ ਮੱਠ ਅਸਥਾਨ ਜਿੱਥੇ ਢਾਇਆ ਗਿਆ। ਜਿੱਦਣ ਅਸੀਂ ਪੁਰੀ ਮੰਗੂ ਮੱਠ ਗਏ ਹਾਂ ਤਾਂ ਮਹਿਸੂਸ ਹੁੰਦਾ ਸੀ ਕਿ ਇੱਕ ਬਹੁਤ ਵੱਡਾ ਚੈਲੇਂਜਿੰਗ, ਇੱਕ ਬਹੁਤ ਵੱਡਾ ਕੰਮ ਹੈਗਾ ਸਰਕਾਰ ਦੇ ਨਾਲ ਟਾਕਰਾ, ਸਾਡੇ ਵਰਗੇ ਬੰਦਿਆਂ ਦੀ ਕੋਈ ਔਕਾਤ ਜ਼ਰੂਰਤ ਨਹੀਂ ਕਿ ਅਸੀਂ ਇੰਨੇ ਨੇ ਵੱਡੇ ਪਾਵਰਫੁੱਲ ਵੱਡੀਆਂ ਸਰਕਾਰਾਂ ਦੇ ਨਾਲ ਕੋਈ ਟਾਕਰਾ। ਇਹ ਤੁਹਾਡੀਆਂ ਦੁਆਵਾਂ ਅਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼, ਤੁਹਾਡੇ ਨਾਲ ਮੈਂ ਖੁਸ਼ੀ ਸਾਂਝੀ ਕਰਨ ਲੱਗਿਆਂ। ਅੱਜ ਕੱਲ੍ਹ ਸਾਡੀ ਸਵੇਰੇ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ, ਉਸ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਰੋਸ ਮਾਰਚ ਕਰਕੇ ਧਰਨਾ ਦਿੱਤਾ। ਅੱਜ ਸੂਬੇ ਦੇ ਉੜੀਸਾ ਸੂਬੇ ਦੇ ਹੋਮ ਮਿਨਿਸਟਰ, ਪੁਰੀ ਤੋਂ MLA ਅਤੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਕੱਤਰ PWD, ਉਹਨਾਂ ਦੇ ਨਾਲ ਸਾਡੀ ਸਵੇਰੇ ਮੀਟਿੰਗ ਸੀਗੀ 10:30 PM। ਐਂਡ ਮੈਨੂੰ ਇਸ ਗੱਲ ਦੀ ਬੇਹੱਦ ਪ੍ਰਸੰਨਤਾ, ਖੁਸ਼ੀ ਤੁਹਾਡੇ ਨਾਲ ਸਾਂਝੀ ਕਰਕੇ ਬੜਾ ਮਨ ਗਦਗਦ ਆ। ਲੰਬੀ ਮੀਟਿੰਗ ਤੋਂ ਬਾਅਦ, ਵਿਚਾਰ ਵਟਾਂਦਰੇ ਤੋਂ ਬਾਅਦ, ਪੂਰੇ ਮੀਡੀਆ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਹੋਮ ਮਿਨਿਸਟਰ ਸਾਹਿਬ, ਉਸ ਏਰੀਏ ਦੇ ਰੂਲਿੰਗ ਪਾਰਟੀ ਦੇ MLA ਜਿਹੜੇ ਉਸ ਕਮੇਟੀ ਦੇ ਮੈਂਬਰ ਵੀ ਹੈ, ਅਤੇ ਪ੍ਰਿੰਸੀਪਲ ਸਕੱਤਰ PWD ਐਂਡ ਸੈਕਟਰੀ ਜਗਨਨਾਥਪੁਰੀ ਮੰਦਰ, ਉੱਥੇ ਦੇ ਹੈੱਡ ਹੈਗੇ ਆ, ਉਹ ਜਿਹੜੇ IAS ਨਾਲ ਅਟੈਚ ਕੀਤੇ ਆ। ਫੈਸਲਾ ਲਿਆ ਉੜੀਸਾ ਸਰਕਾਰ ਨੇ, ਮੈਂ ਰਿਣੀ ਆ, ਇਹ ਤੁਹਾਡੀਆਂ ਦੁਆਵਾਂ ਦੇ ਬਲਬੂਤੇ ਦੇ ਤੁਸੀਂ ਹੁਕਮ ਲਾਏ ਸੀ। ਜਿੱਥੋਂ ਗੁਰਦੁਆਰਾ ਮੰਗੂ ਮੱਠ ਸਾਹਿਬ ਗਿਰਾਇਆ ਗਿਆ ਉਸੇ ਸਥਾਨ ਦੇ ਉੱਤੇ ਉੜੀਸਾ ਸਰਕਾਰ ਇੱਕ ਸੁੰਦਰ ਗੁਰਦੁਆਰੇ ਦੀ ਤਾਮੀਰ ਕਰਕੇ ਦੇਵੇਗੀ। ਨੰਬਰ ਦੂਸਰਾ, ਬੌਲੀ ਸਾਹਿਬ, ਜਿਹਨੂੰ ਬੌਲੀ ਮੱਠ ਵੀ ਕਹਿ ਦਿੰਦੇ, ਇੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਕਰ ਕਮਲਾਂ ਦੇ ਨਾਲ ਇੱਕ ਮਿੱਠੇ ਪਾਣੀ ਦੀ ਬੌਲੀ ਦਿੱਤੀ, ਕਿਉਂਕਿ ਬਾਕੀ ਪਾਣੀ ਸਾਰਾ ਖਾਰਾ, ਉਹਨੂੰ ਗਰਾਇਆ ਨਹੀਂ ਜਾਏਗਾ, ਉਹਨੂੰ ਹੋਰ ਬਿਊਟੀਫੁੱਲ ਕਰਨ ਵਾਸਤੇ, ਸੁੰਦਰ ਕਰਨ ਵਾਸਤੇ ਉਸ 'ਤੇ ਕੰਮ ਕੀਤਾ ਜਾਏ। ਤੀਸਰਾ ਨੰਬਰ ਹੈਗਾ ਨਾਨਕ ਮੱਠ, ਜਿਵੇਂ ਹੁਣ ਪੰਜਾਬੀ ਮੱਠ ਕਹਿ ਦਿੰਦੇ ਆ। ਅਸੀਂ ਅਗਲੇ ਹਫ਼ਤੇ ਫਿਰ ਇੱਕ ਮੀਟਿੰਗ ਹੋਣੀ ਆ, ਦੁਬਾਰਾ ਆਵਾਂਗੇ ਉੱਥੇ ਯਾਤਰੂਆਂ ਦੇ ਰਹਿਣ ਵਾਸਤੇ, ਕਿਉਂਕਿ 12 acres ਜਗ੍ਹਾ ਜਿੱਥੇ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨਿਹੰਗ ਸਿੰਘਾਂ ਦੀ ਛਾਉਣੀ ਸਮੇਤ ਆਏ, ਉਹਨਾਂ ਨੇ ਕਾਰ ਸੇਵਾ ਕੀਤੀ ਜਗਨਨਾਥ ਮੰਦਿਰ ਦੇ ਪੱਛਮੀ ਦੁਆਰ ਦੀ, ਐਂਡ ਇਸ ਨਾਨਕ ਮੱਠ ਦੇ ਕਮਰਿਆਂ ਦੀ ਵੀ ਸੇਵਾ ਕੀਤੀ, ਉਹਦੇ 'ਚ ਯਾਤਰੂਆਂ ਦੇ ਠਹਿਰ ਅਤੇ ਅਤਿ ਸੁੰਦਰ। ਸੋ 3 ਮੰਗਾਂ ਸੀਗੀਆਂ, ਉਹ 3 ਮੰਗਾਂ ਜਿਹੜੀਆਂ ਸਰਕਾਰ ਨੇ ਪ੍ਰਵਾਨ ਕੀਤੀਆਂ ਨੇ, ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਅਸੀਂ 2-3 ਦਿਨ ਤੋਂ ਇੱਥੇ ਆਏ ਹੋਏ ਸੀ, ਐਂਡ ਮੈਂ ਫਿਰ ਕਹੂੰਗਾ ਕਿ ਇਉਂ ਲੱਗਦਾ ਸੀ ਕੰਮ ਬਹੁਤ ਵੱਡਾ। ਇੱਕ ਪਾਸੇ ਉੜੀਸਾ ਸਰਕਾਰ ਹੈਗੀ ਆ, ਸਾਡੀਆਂ ਭਾਵਨਾਵਾਂ ਸਿੱਖ ਕੌਮ ਦੀਆਂ, ਤੁਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਸਾਡੀ ਡਿਊਟੀ ਲਾਈ, ਅਸੀਂ ਇੱਥੇ ਆਏ, ਇਉਂ ਲੱਗਦਾ ਸੀ ਕਿ ਬਹੁਤ ਵੱਡਾ ਕਾਲ, ਸਾਡੀ ਔਕਾਤ ਨਹੀਂ ਸੀ, ਜ਼ਰੂਰਤ ਨਹੀਂ ਸੀ। ਬਾਬੇ ਨਾਨਕ ਦੀ ਅਪਾਰ ਕਿਰਪਾ ਬਖਸ਼ਿਸ਼ ਅਤੇ ਤੁਹਾਡੇ ਹੁਕਮ, ਜਿਹੜੇ ਤੁਹਾਡੀਆਂ ਦੁਆਵਾਂ ਸਹਿਤ, ਉਹ ਅੱਜ ਪੂਰਨ ਹੋਏ ਆ। ਸੋ ਮੇਰੀ ਇੱਕ ਸਾਰਿਆਂ ਨੂੰ ਜਿੱਥੇ ਖੁਸ਼ਖਬਰੀ ਦੱਸਣ ਦਾ ਮਨ ਗਦਗਦ ਆ, ਉੱਥੇ ਇੱਕ ਸਨਿਮਰ ਬੇਨਤੀ ਹੈ ਦੋਸਤੋ। ਆਪਾਂ ਹਰ ਸਾਲ ਹੇਮਕੁੰਡ ਸਾਹਿਬ ਆਪਣੇ ਪਰਿਵਾਰ ਸਮੇਤ, ਕੋਈ ਹਜ਼ੂਰ ਸਾਹਿਬ, ਪਟਨਾ ਸਾਹਿਬ, ਨਨਕਾਣਾ ਸਾਹਿਬ, ਇੱਕ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਕੋਰੀਡੋਰ ਦੇ ਉੱਤੇ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਦੇ ਉਹ ਇਤਿਹਾਸਕ ਸਥਾਨ ਜਿੱਥੇ ਜਗਨਨਾਥਪੁਰੀ ਜਿੱਥੇ ਸਾਹਮਣੇ ਬੈਠ ਕੇ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ, ਜਿਹੜੀ ਜਗ੍ਹਾ 'ਤੇ ਹੁਣ
ਉੜੀਸਾ ਦੀ ਗਵਰਨਮੈਂਟ ਨੇ ਗੁਰਦੁਆਰਾ ਆਰਤੀ ਸਾਹਿਬ ਉਸਾਰਨ ਦਾ ਅੱਜ ਮੀਡੀਆ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਫੈਸਲਾ ਲਿਆ। ਤੁਸੀਂ ਵੀ ਇੱਕ ਸਾਲ ਦੇ ਵਿੱਚ ਇੱਕ ਟੂਰ ਆਪਣੇ ਬੱਚਿਆਂ ਸਮੇਤ ਇਸ ਮਹਾਨ ਧਾਰਮਿਕ ਪਵਿੱਤਰ ਅਸਥਾਨ ਦੇ ਉੱਤੇ ਦੋਸਤੋ ਜ਼ਰੂਰ ਆਉਣਾ ਸਾਰਿਆਂ ਨੇ। ਸੋ ਮੇਰੀ ਤੁਹਾਨੂੰ ਬੇਨਤੀ ਵੀ ਆ ਐਂਡ ਮੈਂ ਫਿਰ ਤੁਹਾਡਾ ਧੰਨਵਾਦ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਬਹੁਤ ਬਹੁਤ ਸਿਰ ਨੀਵਾਂ ਕਰਕੇ ਸ਼ੁਕਰੀਆ ਜਿਨ੍ਹਾਂ ਨੇ ਇਹ ਸਾਰਾ ਕਾਰਜ ਆਪ ਕੀਤਾ। ਮੈਂ ਫਿਰ ਕਹੂੰਗਾ ਸਾਡੇ ਵਰਗਿਆਂ ਦੀ ਕੋਈ ਔਕਾਤ ਜ਼ਰੂਰਤ ਨਹੀਂ ਸੀ। ਬਹੁਤ ਬਹੁਤ ਮੁਬਾਰਕਾਂ ਇਹ ਕਾਰਜ ਜਿਹੜਾ ਇੱਥੇ ਤੱਕ ਨਿਭੇ, ਜਿਹੜਾ ਗੁਰੂ ਸਾਹਿਬ ਕਿਰਪਾ ਕਰ ਅਤਿ ਸੁੰਦਰ ਸਥਾਨ ਜਿੱਥੇ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ ਉੱਥੇ ਗੁਰੂ ਘਰ, ਜੋ ਅੱਜ ਉੜੀਸਾ ਦੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ। ਅਸੀਂ ਕਿਹਾ ਸੀ ਵੀ ਇਹ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰ ਲਵਾਂਗੇ ਜਾ ਕੇ, ਕੋਈ ਜ਼ਰੂਰਤ ਨਹੀਂ ਹੈ। ਇਹ ਅਸੀਂ ਸਰਕਾਰ ਵੱਲੋਂ ਅਤਿ ਸੁੰਦਰ ਤੁਹਾਡੇ ਨਾਲ ਬੈਠ ਕੇ ਨਕਸ਼ਾ ਵੀ ਡਿਸਕਸ ਕਰਾਂਗੇ, ਫਿਰ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਸੰਗਤ ਦੇ ਹਵਾਲੇ, ਕੌਮ ਦੇ ਹਵਾਲੇ ਹੋਊਗਾ। ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ। ਗੁਰੂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਰੰਗਲਾ ਟੀਵੀ।